चुप करो, ब्याह हो जान गए मैं शुक्र का कलमा पढ़ांगी, है सुखी रहोगी। हां कराना तैनू सुखी, आ जिहड़ियां आइटमां ते जिहड़ियां प्लानिंगां लैके तू इत्थे आई है ना नीफा, ओ मैं हुण नहीं उदेणियां। की मतलब? की मतलब तैनू नहीं मतलब दा पता? मेरे मेरे मुंह ने लगा करना तो दस। लै मैं तेरे मुंह उदो नहीं लगा जदों तू चंगी भली है। वे जा वे जा कम कर, कम कर तू जा मेली फेरे। मैं जो तेरा साडा हुक्का पानी बंदा ते जिथे मैं आना उथे की लेना नहीं है। मेरी गल सुन शमतू, मेरी गल सुन ले, इथे बहुत भराई असि सारे इकट्ठे हैं तां ते मैं इथे कोई स्यापा ना पाना चाहनी ना सुनना चाह। मैं तेरा स्यापा नहीं सुनना, तू है गंदे खानदान दी। या वे कलेले कब्र च लत्ता नहीं ते ठरकली झाड़ नु जांदा। कब्र च तेरे ना ठिर जाना मुंह है अपना ठिर जाना। तू शीशे च वेखिया किनू? आदा मुझा तू तो मेरे पूरे पिंड नु जाननी है, तेरी कड़ी गल है? खबरदार अगे वधन दी कोशिश न करी। मैं तो तू ही अगे ना वधी भैया, सदके दा गोश्त खान वाला आपा भी सोचो डुब के मर जो। होया की खानदान च कोई काम ही नहीं बंदा कर रहा ही वेले नकम्मे। हाय पता ही जदों तुहाडे घर इक वारी चोर आ गए, हां ओ तेरे बंदे नु उठा के 200 रुपया दे के गया। ओ भाई कोई काम कुम करया करो, चोरां ने कुछ ला के भी जाए। चल मेरे तो बंदा वेला सी, चोर ने की कर गया, चलो दे गया ते अपने करतूत दस। मैं की करतूत को ले? सदके दा गोश्त सके चीला कावा ते पहले आ जा के नस के चुक के ले आना। अच्छा लोग के सारी जिंदगी तो कादा तनी शर्म आ जा ना। तेनू भी डुब के मर जा, कुड़ियां नु लेके लगी फिरनी आ जवान कुड़ियां। हाय डुब के अपनी मां ते गई आ, ओ भी नपूती इस तरह दी। हां ते तू दादी नानी ते क्यों तू करीना कपूर ले फिरनी है। हाय अल्हम्दुलिल्लाह यही ने कभी देखी है ही हां ना। मैं ना चांद की शीशा देखा था। हां ये कौन आ गया? मैं ना देखा ਤੁਹਾਡੇ ਖਾਨਦਾਨ ਦੀ ਤੇ ਕੋਈ ਔਰਤ ਨਾ ਵੇਖ। ਇਹ ਜਾ ਵੇ ਜਾ ਗੰਦੀਆਂ ਦੇਖਦੀ ਯਾਦ ਆ ਨਾ ਕੀ ਤੇਰੀ ਵੱਡੀ ਭੈਣ ਮੌਤ ਦੇ ਖੂਹ ਤੇ ਨੱਚੀ ਸੀ। ਮੇਰੀ ਸੁਣ ਲੋ ਗੱਲ, ਕਬਰਦਾਰ ਮੇਰੇ ਬੰਦੇ ਨਾਲ ਕਿਸੇ ਨੇ ਫालतू ਗੱਲ ਕੀਤੀ ਹੈ।
ਦਰਸ਼ਨ ਮੇਰੇ ਕਾਕਾ ਹਾਂ ਅਸੀਂ ਆਏ ਇੱਥੇ ਖੁਸ਼ੀ ਤੇ ਹਾਂ ਬਿਲਕੁਲ ਤੇ ਕਰਨ ਨਹੀਂ ਆਏ ਨਾ 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 ਆ ਤਾਂ ਗਏ ਆ ਬੁੱਢਾ ਹਾਂ ਇਹ ਆਉਂਦੇ ਵੇ ਮੇਰੇ ਇੱਥੇ ਬੈ ਗਿਆ ਤੂੰ ਗੱਲ ਕਰਨ ਵਾਲੀ ਤੂੰ ਕਪੜਾ ਤੇ ਪਾਟਾ ਨਹੀਂ ਤੇਰਾ ਹੱਥੀ ਬੈ ਗਿਆ ਉਹ ਤਾਂ ਮੈਂ ਬਚ ਗਈਆਂ ਵਾਲ ਵਾਲ ਆਉਂਦੇ ਤੋਂ ਅੱਛਾ ਹੁਣ ਇਹ ਕਪੜਾ ਫੱਟੇ ਤੇ ਹੱਥੀ ਪੈਂਦਾ ਹਾਂਜੀ ਬਿਲਕੁਲ ਸਹੀ ਹੈ ਜ਼ਰੂਰੀ ਹੈ ਕੋ ਕਪੜਾ ਉੱਤੇ ਵੇਖੇ ਨਾ ਆ ਮੇਰੇ ਕੁੜੀਆਂ ਵਾਲੇ ਸਗਰ ਗੌਰ ਨਾਲ ਵੇ ਇਹਨਾਂ ਨੂੰ ਅੱਗੋਂ ਗੱਲਾਂ ਕਰਦਾ ਹੀ ਨਹੀਂ ਇਹ ਗੱਲਾਂ ਵਾਲੀਆਂ ਨਹੀਂ ਹਾਂ ਇਹ ਤੇ ਗੱਲਾਂ ਵਾਲੀਆਂ ਨੇ ਹਾਂਜੀ ਪੈਸੇ ਕਿਹਾ ਮੈਂ ਅੱਛਾ ਮੇਰੀ ਗੱਲ ਸੁਣ ਜੇ ਤੂੰ ਕਹਿਣਾ ਮੇਰੇ ਚਲੇ ਜਾਣਾ ਜੇ ਕਹਿਣਾ ਤੇ ਸਿਰ ਨਹੀਂ ਨਹੀਂ ਤੁਸੀਂ ਨਹੀਂ ਜਾਣਾ ਇਹਦਾ ਮੂੰਹ ਰੋਕਣਾ ਬਸ ਇਹਦਾ ਮੈਂ ਰੋਕਾਂਗਾ ਤੁਸੀਂ ਟੈਨਸ਼ਨ ਨਹੀਂ ਲੈਣਾ ਤੁਸੀਂ ਮੇਰੇ ਮਾਨੇ ਦੀ ਇੱਜ਼ਤ ਨਹੀਂ ਕਰ ਸਕਦੇ ਓਏ ਮੇਰੀ ਭੈਣ ਦਾ ਘਰ ਏ ਹਾਂ ਇੱਥੇ ਰੱਖ ਬਾਜੀ ਹਾਂਜੀ ਆ ਵੇਖੋ ਕੀ ਇਹਨਾਂ ਨੂੰ ਅਸੀਂ ਨਹੀਂ ਲੈਣੀ ਅਸੀਂ ਇੱਥੇ ਨਹੀਂ ਲੈਣਾ ਅਸੀਂ ਨਹੀਂ ਲੈਣਾ ਆ ਨਹੀਂ ਇੱਥੇ ਨਹੀਂ ਲੈਣਾ ਬਤੋ ਨਹੀਂ ਮੇਰੀ ਗੱਲ ਸੁਣ ਨਹੀਂ ਲਾਓ ਹਾਲਾ ਲੰਮੀ ਹਾਲਾ ਇਸੇ ਜੇ ਮੇਰੀ ਗੱਲ ਸੁਣ ਲੜਨਾ ਨਹੀਂ ਤੁਸੀਂ ਬਹੁਤ ਜਜ਼ਬਾਤੀ ਹੋ ਜਾਂਦੇ ਹੋ ਮੇਰੀ ਗੱਲ ਸੁਣੋ ਹਾਲਾ ਜੀ ਤੁਸੀਂ ਸਮਝਦਾਰ ਹੋ ਤੁਸੀਂ ਤੇ ਨਾ ਲੜੋ ਤੁਸੀਂ ਆਪ ਫੈਸਲਾ ਕਰੋ ਹਾਈ ਮੇਰੀ ਗੱਲ ਸੁਣੋ ਤੁਸੀਂ ਬਿਲਕੁਲ ਸੁਲਾ ਸਫਾਈ ਨਾ ਰਹੋ ਇਸ ਕਾਰ 'ਚ ਰਹੋ ਤੁਹਾਨੂੰ ਕੋਈ ਨਹੀਂ ਇੱਥੇ ਕੱਢ ਰਿਹਾ ਤੁਹਾਨੂੰ ਕੋਈ ਨਹੀਂ ਇੱਥੇ ਕੱਢੇਗਾ ਦੁਆ ਨੂੰ ਮੈਂ ਹੀ ਭਾਵੇਂ ਕਹਿ ਦੂਆ ਨੂੰ ਕਾਕਾ ਵੇ ਕਾਕਾ ਅਗੀ ਕਿਹੜੀ ਲੁੱਟ ਮਾਰ ਮਚਾਈ ਵੇ ਮੁਖੱਤੀ ਅੱਛਾ ਬੇਟੀ ਅਸੀਂ ਮੁਖੱਤੀਆਂ ਆਗੇ ਬਾਜੀ ਅੱਛਾ ਮੇਰੀ ਗੱਲ ਸੁਣ ਤੂੰ ਫੈਸਲਾ ਧੀਏ ਕਰ ਜੇ ਮੇਰੇ ਜਵਾਈਏ ਫੈਸਲਾ ਕਰੇ ਹਾਂਜੀ ਇਹ ਬੁੱਢੇ ਦਾ ਕੰਮ ਕੋਈ ਨਹੀਂ ਬੋਲਣ ਦਾ ਕੋਈ ਨਹੀਂ ਬੋਲੇਗਾ ਬੱਟਾ ਤੂੰ ਬੁਲਾ ਕੇ ਲਾਓ ਵੱਡੇ ਨੂੰ ਜਾਣਦੇ ਸ਼ੁਕਰ ਹੀ ਨਿਕਲੇ ਨੇ ਦੋਵੇਂ ਇੱਥੋਂ ਬੁਲਾ ਕੇ ਜੱਡੀ ਖੁਸ਼ੀ ਆ ਗਈ ਜਿਹੜੀ ਤੇਨੇ ਫਸਾਦ ਹੀ ਖੜਾ ਕਰ ਦਿੱਤਾ ਆ ਬੇਟਾ ਜਿਹੜਾ ਆ ਨਾ ਬੁੱਢਾ ਇੱਥੇ ਆ ਵੇ ਤੇ ਸਹੀ ਸਾਡਾ ਕੀ ਹੈ ਸ਼ਰਮਾਵਾ ਤੇ ਗੱਲ ਨਹੀਂ ਸੈਂਡ ਕਰਕੇ ਗਏ ਨੇ ਉਹ ਨਹੀਂ ਗੱਲ ਕੱਢ ਕੇ ਗਿਆ ਉਹ ਕੌਣ ਗੱਲ ਕਰ ਗਿਆ ਆ ਬਾਬਾ 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 ਔਰ ਉਹਦੀ ਔਰਤ ਰੋਣ ਦੀ ਕਿੰਜ ਕਿ ਮੇਰੀ ਬੇਇੱਜ਼ਤੀ ਕੀਤੀ ਉਹ ਸਾਡੇ ਤੇ ਨਜ਼ਰ ਰੱਖ ਰਿਹਾ ਉਹ ਤਾਂ ਸਾਡੀ ਇਨਸਲਟ ਕਰ ਰਿਹਾ ਆ ਕੇ ਉਹ ਕਹਿ ਰਹੀ ਕਿ ਉਹਨੂੰ ਵੱਡੇ ਛੋਟੇ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈ ਤੁਹਾਨੂੰ ਵੱਡੇ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈ ਕੋਈ ਹਜ਼ਾਰ ਨੂੰ ਵੱਡੇ ਨਾਲ ਗੱਲ ਕਿਸ ਤਰ੍ਹਾਂ ਕਰੀ ਦੀ ਵੇ ਪੁੱਤਰਾ ਮੇਰੀ ਗੱਲ ਸੁਣ ਮੈਂ ਠੀਕ ਹੀ ਜਾ ਰਿਹਾ ਉਹਨੂੰ ਪੜੋ ਲਿਆ ਜੇ ਮੈਂ ਉਹ ਸਮਝੀ ਆ ਕਿ ਉਹ ਮੇਰਾ ਵੇਖਿਆ ਕੱਲੀ ਬਾਸ ਚਲਾ ਕੇ ਆਪਣੀ ਧੀਆਂ ਤੇ ਲੈ ਕੇ ਆ ਗਈ ਬਸ ਸਾਡੀ ਅੰਮੀ ਨੇ ਇਹਨੀ ਇਨਸਲਟ ਕੀਤੀ ਉਹਨਾਂ ਦੇ ਹੱਥੀ ਪਏ ਨੇ ਮੈਂ ਗੱਲ ਕਰ ਹੋਰ ਤੇ ਕਹਿ ਰਹੀ ਭਵੇ ਇਸ ਉਮਰ ਤੇ ਇੱਜ਼ਤ ਨਹੀਂ ਕਰਨੀ ਚਾਹੀਦੀ ਅਸੀਂ ਆਏ ਖੁਸ਼ੀ ਤੇ ਤੁਹਾਡੇ ਘਰ ਉਹ ਕਿਹੜੀ ਖੁਸ਼ੀ ਮੇਰੇ ਘਰ ਚ ਆ ਗਈ ਹੈ ਉਹ ਤਾਂ ਭਰਾਈ ਆ ਮੁੰਡੇ ਦੀ ਕਿਹੜੀ ਗੋਦ ਭਰਾਈ ਸਾਡੀ ਸਾਰੀ ਗੋਦ ਪਹਿਲੇ ਭਰੀ ਭਰਾਈ ਹੈ ਉਹ ਮੁੰਡੇ ਨੂੰ ਪੁੱਛ ਸਾਲੇ ਆ ਦੇ ਮੇਰਾ ਖਾਨਾ ਖਰਾਬ ਮਰੇ ਉਹ ਟੁੱਟੇ ਚਰਖੇ ਦੇ ਮੂੰਹ ਵਾਲੇ ਆ ਉਹ ਮੁੰਡਾ ਦਾ ਹਾਲ ਨਾ ਤੁਹਾਡੇ ਉਹਦੀ ਗੋਦ ਭਰਾਈ ਆ ਨਹੀਂ ਸਾਨੂੰ ਕਿ ਮੁੰਡਾ ਹਾਲ ਵਾਲੇ ਗੋਦ ਭਰਾਈ ਤੇ ਆਓ ਬਿਲਕੁਲ ਸਾਡੇ ਰਿਸ਼ਤੇਦਾਰ ਨੇ ਕੀ ਕਰਨਾ ਇਹਨਾਂ ਦਾ ਮੈਨੂੰ ਦੱਸੋ ਕਿਹੜੇ ਰੈਸਟੋਰੈਂਟ ਤੇ ਲੈ ਕੇ ਜਾਵਾਂ ਕਿੱਥੋਂ ਇਹਨਾਂ ਨੂੰ ਮੈਂ ਹਰਾਮ ਖੋਤਾ ਖਵਾ ਕੇ ਲਿਆਵਾਂ